ਅੱਜ ਨਾ ਬਾਈ ਮੋਗੇ ਸੋਨਾਲੀਕਾ ਏਜੰਸੀ ਵਾਲਿਆਂ ਨੇ 9 ਟਰੈਕਟਰ 9-10 ਟਰੈਕਟਰ ਆਪਦੇ ਡਿਲੀਵਰ ਕੀਤੇ ਆ ਬੰਦਿਆਂ ਨੂੰ। ਤੁਸੀਂ ਲਾ ਲਓ ਹਿਸਾਬ ਵੀ 9-10 ਟਰੈਕਟਰ ਇੱਕੋ ਟਾਈਮ ਖਰੀਦੇ ਗਏ ਆ, ਤੁਸੀਂ ਦੇਖ ਸਕਦੇ ਹੋ ਆ ਲੈਣ ਬੰਨੀ ਆਉਂਦੇ ਆ ਬਾਈ। ਅਤੇ ਮੋਗੇ ਇਹਨਾਂ ਦੀ ਏਜੰਸੀ ਹੈਗੀ ਆ ਕੋਟਕਪੂਰਾ ਬਾਈਪਾਸ ਦੇ ਕੋਲ, ਤੁਸੀਂ ਜਾਣਦੇ ਹੋਵੋਗੇ ਸ਼ਾਇਦ। ਬਾਕੀ ਗੱਲਬਾਤ ਪੂਰੀ ਘੈਂਟ ਆ ਬਾਈ, ਹਰੇਕ ਮਾਡਲ ਦਾ ਟਰੈਕਟਰ ਤੁਹਾਨੂੰ ਸੋਨਾਲੀਕਾ ਵੱਲੋਂ ਜਿੰਨੇ ਵੀ ਮਾਡਲ ਆਏ ਯਾਰ, ਜਿਹੜਾ ਇਹ ਮਹੀਨਾ ਹੀ ਹੋਇਆ ਲਾਂਚ ਹੋਏ ਨੂੰ, ਉਹ ਟਰੈਕਟਰ ਇਹਨਾਂ ਦੇ ਕੋਲ ਤੁਹਾਨੂੰ ਖੜ੍ਹਾ ਮਿਲੂਗਾ। ਆ ਜੋ ਗੱਲਬਾਤ ਸਾਰੀ ਕਰਵਾਉਂਦੇ ਹਾਂ ਵੀ ਕਿਹੜੇ ਕਿਹੜੇ ਟਰੈਕਟਰ ਸੀ, ਕਿੰਨੇ 4-ਵੀਲ ਸੀ, ਕਿੰਨੇ 2-ਵੀਲ ਸੀ, ਸਾਰੀ ਗੱਲਬਾਤ ਕਰਵਾਉਂਦੇ ਹਾਂ। ਆਜੋ ਬਾਈ, ਇਸ ਟਾਈਮ ਸੋਨਾਲੀਕਾ ਦੀ ਏਜੰਸੀ ਦੇ ਵਿੱਚ ਖੜ੍ਹੇ ਹਾਂ। ਮੋਗੇ ਦੇ ਜਿੰਨੇ ਵੀ ਬਾਈ ਆ ਟਰੈਕਟਰ ਖੜ੍ਹੇ ਆ, ਚੈੱਕ ਕਰੋ ਸਾਰੇ ਟਰੈਕਟਰ ਜਿੰਨਿਆਂ ਦੇ ਫੁੱਲ ਲੱਗੇ ਹੋਏ ਆ। ਇਹ ਸਾਰੇ ਟਰੈਕਟਰਾਂ ਦੀ ਅੱਜ ਡਿਲੀਵਰੀ ਦੇਣੀ ਹੈ, ਸਾਰੇ ਟਰੈਕਟਰ ਸੇਲ ਹੋ ਚੁੱਕੇ ਆ ਬਾਈ, ਚੈੱਕ ਕਰੋ ਤੁਸੀਂ ਅੱਗੇ ਦਿਖਾਉਣਾ। ਘੱਟੋ ਘੱਟ 8-9 ਟਰੈਕਟਰ ਆ ਇਹ ਜਿਨ੍ਹਾਂ ਦੀ ਅੱਜ ਡਿਲੀਵਰੀ ਦੇਣੀ ਆ। ਪਿਛਲੇ ਪਾਸੇ ਵੀ ਦਿਖਾਏ, ਪਿਛਲੇ ਪਾਸੇ ਵੱਡੇ ਟਰੈਕਟਰ ਖੜ੍ਹੇ ਆ, ਜਿਵੇਂ DI-75 ਹੋ ਗਿਆ ਹੈ ਨਾ, ਅਤੇ DI-65 ਹੋ ਗਿਆ, ਇਹ ਟਰੈਕਟਰ ਖੜ੍ਹੇ ਆ। ਅਤੇ ਬਾਕੀ ਤੁਸੀਂ ਚੈੱਕ ਕਰੋ ਤਾਂ ਸੋਨਾਲੀਕਾ ਵਾਲਿਆਂ ਇੱਕ ਨਵਾਂ ਧਮਾਕਾ ਕੀਤਾ, ਨਵੀਂ ਔਫਰ ਕੱਢੀ ਆ, ਉਹਦੇ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ, ਬਾਈ ਹੋਰਾਂ ਤੋਂ ਜਾਣਕਾਰੀ ਲਵਾਂਗੇ। ਆ ਜਾ ਬਾਈ ਇੱਧਰ ਨੂੰ ਮਾੜਾ ਜਿਹਾ, ਹੈ ਅਤੇ ਬਾਈ ਹੋਰਾਂ ਨਾਲ ਮਿਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ? ਵਧੀਆ ਵਧੀਆ ਬਾਈ ਜੀ। ਅਤੇ ਇੱਕਦਮ ਫਿਰ ਇਹ 9 ਟਰੈਕਟਰ ਸੇਲ ਹੋ ਗਏ ਆ ਬਾਈ? ਹਾਂਜੀ ਹਾਂਜੀ ਬਾਈ ਜੀ। ਇਹ ਕਿਵੇਂ ਵੀ ਇਹ ਕਿ ਬੁਕਿੰਗ ਵਗੈਰਾ ਦੇ ਕੇ ਨਾਲ ਦੀ ਨਾਲ ਹੀ ਮਿਲ ਜਾਂਦੇ ਆ? ਇਹਦਾ ਟਰੈਕਟਰ ਚਲੋ 1-2 ਦਿਨ ਦੀ ਤਾਂ ਬੁਕਿੰਗ ਹੁੰਦੀ ਆ ਜੀ, ਤਕਰੀਬਨ ਹਾਜ਼ਰ ਹੋਵੇ ਤਾਂ ਨਾਲ ਦੀ ਨਾਲ ਵੀ ਦੇ ਦਿੰਦੇ ਹਾਂ ਅਸੀਂ। ਠੀਕ ਆ, ਲਓ ਵੀ ਮਿੱਤਰੋ, ਇਹ ਫਿਰ ਸਾਰੇ ਸੇਲ ਹੋ ਗਏ ਆ ਇੱਕਦਮ? ਹਾਂਜੀ ਸਾਰੇ ਸੇਲ ਹੋਏ ਹੋਏ ਜੀ। ਜੀ ਜੀ ਜੀ, ਸਾਰੇ ਸੇਲ। ਅਤੇ ਅੱਜ ਸਾਰਿਆਂ ਡਿਲੀਵਰੀ ਦੇਣੀ ਆ? ਹਾਂਜੀ ਅੱਜ ਡਿਲੀਵਰੀ ਦੇਣੀ ਆ ਜੀ। ਠੀਕ ਆ ਬਾਈ, ਅਤੇ ਕਿਹੜੇ ਕਿਹੜੇ ਕਿੰਨੇ ਕਿੰਨੇ ਪਾਵਰ ਦੇ ਟਰੈਕਟਰ ਨੇ? ਇੱਕ ਤਾਂ ਇਹ ਤਾਂ ਬਾਈ 30 ਆ 730 ਦੋ ਸਿਲੰਡਰ ਦੇ ਵਿੱਚ ਆ ਗਿਆ ਜੀ, ਕਮਰਸ਼ੀਅਲ ਚੱਲਣ ਵਾਲਾ ਟਰੈਕਟਰ। ਠੀਕ ਆ ਬਾਈ। ਇਹ ਆਪਣਾ DI-60 RXO ਦੇ ਵਿੱਚ 4-wheel drive 4-wheel drive 'ਚ ਆ ਗਿਆ। ਠੀਕ ਆ ਜੀ। ਹਾਂਜੀ ਹਾਂਜੀ, ਅੱਗੇ DI-60 ਇਹ DI-60 2-wheel drive ਆ ਜੀ, ਇਹ 2-wheel drive 'ਚ ਆ ਗਿਆ। ਹਾਂਜੀ ਹਾਂਜੀ, ਲਓ ਜੀ ਇਹ ਵੀ ਆਪਣਾ 60 4-wheel drive। ਠੀਕ ਆ ਜੀ, ਠੀਕ। ਹਾਂਜੀ ਹਾਂਜੀ, ਲਓ ਜੀ ਇੱਧਰਲੇ ਪਾਸੇ ਖੜ੍ਹੇ ਆ ਟਰੈਕਟਰ, 4-wheel drive ਵੀ ਇੱਧਰ ਖੜਾ। ਹਾਂਜੀ ਹਾਂਜੀ, ਇਹ ਸਾਰੇ ਸੇਲ ਹੋ ਚੁੱਕੇ ਆ ਬਾਈ। ਕਿੱਥੋਂ ਕਿੱਥੋਂ ਦੇ ਬੰਦੇ ਨੇ ਖਰੀਦੇ ਆ ਪਤਾ ਕੁਛ? ਇਹ ਬਾਈ ਜੀ ਲੋਕਲ ਆਪਣਾ ਡਿਸਟ੍ਰਿਕਟ ਮੋਗਾ ਜੀ। ਓਕੇ। ਹਾਂਜੀ, ਡਿਸਟ੍ਰਿਕਟ ਮੋਗੇ ਦੇ ਵਿੱਚ ਵਿੱਚਦੇ ਹੀ ਆ ਸਾਰੇ ਪਿੰਡਾਂ ਦੇ ਕਸਟਮਰ। ਓਕੇ ਓਕੇ, ਬਈ ਅਲੱਗ ਅਲੱਗ ਬੰਦੇ ਨੇ ਖਰੀਦੇ ਸਾਰੇ? ਹਾਂਜੀ ਹਾਂਜੀ, ਅਲੱਗ ਅਲੱਗ ਬੰਦਿਆਂ ਨੇ ਜੀ। ਠੀਕ ਆ, ਇੱਧਰਲੇ ਪਾਸੇ ਖੜੇ ਇਹ CRD ਟਰੈਕਟਰ ਆ ਜੀ, ਟਾਈਗਰ ਸ਼ੋਅ ਦੇ ਵਿੱਚ ਆਏ। ਓਕੇ, ਆਹ ਵਾਲਾ ਹੈ? ਹਾਂਜੀ ਹਾਂਜੀ, ਇਹ ਆਹ ਟਰੈਕਟਰ ਤਾਂ ਨਵਾਂ ਆਇਆ ਨਾ, ਜਿਹਦੀ ਆਪਾਂ ਅਲੱਗ ਵੀਡੀਓ ਬਣਾਈ ਜੀ, ਦਿਖਾਵਾਂਗੇ ਤੁਹਾਨੂੰ। ਇਹ 75 horsepower ਆ ਜੀ ਇਹ। ਜੀ ਜੀ, ਕ੍ਰੀਪਰ ਗੇਅਰ 18,030 ਦੇ ਟਾਇਰਾਂ 'ਚ ਆ ਜੀ। 18,030 ਦੇ ਟਾਇਰਾਂ ਦੇ ਵਿੱਚ ਆ, ਕ੍ਰੀਪਰ ਗੇਅਰ ਦੇ ਵਿੱਚ ਆਇਆ। ਹਾਂਜੀ ਹਾਂਜੀ, ਲਓ ਜੀ ਚੈੱਕ ਕਰੋ ਬਾਈ, ਹੁਣ ਤੋਰਨੀ ਹੈ ਫਿਰ ਇਹ? ਹਾਂਜੀ ਹਾਂਜੀ ਬਾਈ ਜੀ, ਅੱਜ ਜਾਣੇ। ਠੀਕ ਹੈ ਜੀ, ਠੀਕ ਹੈ, ਲਓ ਜੀ ਬਾਈ ਚੈੱਕ ਕਰੋ, ਕੱਲਾ ਟਰੈਕਟਰ ਆ। ਅਤੇ ਦੇਖੋ ਨਾ ਤੁਸੀਂ ਸਾਰੇ ਤਰ੍ਹਾਂ ਦੇ ਵੀਰੇ ਟਰੈਕਟਰ ਆਪਣੇ ਕੋਲ ਅਵੇਲੇਬਲ ਹੁੰਦੇ ਆ। ਹਾਂਜੀ, ਟਰੈਕਟਰ ਵੀ ਜੀ, ਸੁਪਰ ਸੀਡਰ ਵੀ ਆਪਣੇ ਕੋਲੇ ਹੁੰਦੇ ਆ, ਸੋਨਾਲੀਕਾ ਦੇ ਸੁਪਰ ਸੀਡਰ ਐਂਪਲੀਮੈਂਟ ਸਾਰੇ ਜੀ, ਤੇ PDC ਰਾਜਪੁਰਾ ਉਹਦੇ ਐਂਪਲੀਮੈਂਟ ਸੁਪਰ ਸੀਡਰ ਵਗੈਰਾ, ਸੋਨਾਲੀਕਾ ਦੇ ਐਂਪਲੀਮੈਂਟ ਵੀ ਹੁੰਦੇ ਆ ਸਾਰੇ। ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਥੋਂ ਅੰਦਾਜ਼ਾ ਲਾ ਲਓ ਕਿ ਬਾਈ ਹੋਰਾਂ ਦੇ ਕਿ ਉਹ ਟਰੈਕਟਰ ਹਜੇ ਤੱਕ ਕਈ ਏਜੰਸੀਆਂ ਦੇ ਵਿੱਚ ਆਇਆ ਵੀ ਹੈ ਨਹੀਂ ਗਾ ਜਿਹੜਾ ਬਾਈ ਹੋਰਾਂ ਦੇ ਕੋਲੇ ਖੜਾ ਹੈ ਨਾ ਬਾਈ। ਅੱਜ ਤੋਂ ਤੁਸੀਂ ਲਾ ਲਓ ਹਿਸਾਬ ਵੀ ਤੁਹਾਨੂੰ ਲੇਟੈਸਟ ਟਰੈਕਟਰ ਵੀ ਮਿਲ ਜਾਣਗੇ, ਜਿਹੜੇ ਆਮ ਟਰੈਕਟਰ ਰੈਗੂਲਰ ਚੱਲਦੇ ਆਉਂਦੇ ਸੋਨਾਲੀਕਾ ਦੇ, ਉਹ ਵੀ ਟਰੈਕਟਰ ਇਹਨਾਂ ਦੇ ਕੋਲ ਹੁੰਦੇ ਆ। ਹਾਂਜੀ ਬਾਜੀ, ਤਕਰੀਬਨ ਬਾਕੀ ਟਰੈਕਟਰ ਜਿਹੜੇ ਆਮ ਟਰੈਕਟਰ ਆ ਜਿਹੜੇ ਤਾਂ ਮੰਨ ਕੇ ਚਲੋ ਨਾਲ ਦੀ ਨਾਲ ਹੀ ਮਿਲ ਜਾਂਦੇ ਆ, ਇੱਕ ਅੱਧੇ ਦਿਨ ਦੇ ਵਿੱਚ ਮਿਲ ਜਾਂਦੇ। ਹਾਂਜੀ ਹਾਂਜੀ, ਉਹ ਵੀ ਟਰੈਕਟਰ ਹੁੰਦੇ ਆ, ਤੇ ਬਾਕੀ ਉਹ ਟਰੈਕਟਰ ਆ 2-2.5 ਮਹੀਨੇ ਦੀ ਬੁਕਿੰਗ 'ਤੇ ਮਿਲੂਗਾ। ਲਓ ਚੈੱਕ ਕਰੋ, ਤਕਰੀਬਨ ਬਾਈ ਸਾਰੇ ਮਾਡਲ ਹੀ ਹੋਣਗੇ ਸੋਨਾਲੀਕਾ ਦੇ ਨਾ? ਹਾਂਜੀ ਬਾਈ ਜੀ, ਸਾਰੇ ਮਾਡਲ ਹੁੰਦੇ ਆ ਜੀ। ਜੀ ਜੀ, ਸਾਰੇ ਮਾਡਲ ਹੁੰਦੇ ਆ, ਅਤੇ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਹੈ ਨਾ ਤੋੜਦੇ ਟਰੈਕਟਰ, ਜਿਹੜੇ ਜਿਹੜੇ ਬੰਦਿਆਂ ਨੇ ਲੈ ਕੇ ਜਾਣੇ ਆ। ਤਕਰੀਬਨ ਇੱਕ ਵਾਰ 'ਚ ਹੀ ਤੋੜਦੇ ਨੇ ਸਾਰੇ? ਹਾਂਜੀ ਬਾਈ ਜੀ, ਇਕੱਠੀ ਦੇ ਦੇਣੇ ਆ ਜੀ। ਬਾਈ ਤੁਹਾਨੂੰ ਤੋੜਦੇ ਟਰੈਕਟਰ ਦਿਖਾਉਣੇ ਆ ਇੱਕ ਵਾਰੇ ਹੋਰ। ਤੁਸੀਂ ਕਹਿੰਦੇ ਵੀ ਸੋਨਾਲੀਕਾ ਨੇ ਧਮਾਕਾ ਕੀਤਾ ਨਵਾਂ, ਉਹਦੇ ਬਾਰੇ ਜਾਣਕਾਰੀ ਦਿਓ ਵੀ ਉਹ ਕੀ ਆ? ਉਹ ਸਕੀਮ ਚੱਲ ਰਹੀ ਆ ਬਾਈ ਜੀ ਟਰੈਕਟਰਾਂ ਤੇ ਆਪਣੀ, 8 ਨਵੰਬਰ ਤੱਕ ਲਾਸਟ ਤਰੀਕ ਆ ਇਹ। 8 ਨਵੰਬਰ ਤੱਕ ਲਾਸਟ ਆ ਬਾਈ ਜੀ। ਜੀ, ਉਹ ਸਕੀਮ ਦੇ ਵਿੱਚ ਜਿਹੜਾ ਵੀ ਕਸਟਮਰ ਕੋਈ ਆਪਣੇ ਕੋਲ ਟਰੈਕਟਰ ਖਰੀਦਦਾ, ਚਾਹੇ ਛੋਟਾ ਚਾਹੇ ਵੱਡਾ ਜੀ, ਜੀ ਉਹਦੇ ਵਿੱਚ 11,011 ਨਾਮ ਆ ਜੀ। 11,011 ਨਾਮ? ਹਾਂਜੀ ਹਾਂਜੀ ਬਾਈ। ਓਕੇ,
ਜਾਣੀ ਕਿ ਨਾਮ ਸਾਰੇ ਵੱਡੇ ਹੀ ਆ। ਪਹਿਲੇ 15 ਨਾਮ ਟਾਈਗਰ 65 ਫੋਰ ਵੀਲ ਡਰਾਈਵ ਟਰੈਕਟਰ ਆ ਜੀ। ਅੱਛਾ, ਨਾਮ ਦੇ ਵਿੱਚ ਵੀ ਟਰੈਕਟਰ ਵੱਡੇ? ਹਾਂਜੀ ਹਾਂਜੀ। ਅੱਛਾ, ਤੇ ਉਦੋਂ ਅਗਲੇ ਟਾਟਾ 5 ਦੀਆਂ ਕਾਰਾਂ ਆਈਆਂ ਜੀ 17। ਓਕੇ ਹਾਂਜੀ, ਠੀਕ ਆ। ਤੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਆ ਜੀ ਜੀ, ਹੌਂਡਾ ਵਾਲਿਆਂ ਦੇ ਮੋਟਰਸਾਈਕਲ ਆ ਜੀ ਜੀ, ਸੋਨੇ ਦੇ ਸਿੱਕੇ ਆ ਜੀ, ਤਕਰੀਬਨ ਸਾਰੇ ਵੱਡੇ ਨਾਮ ਹੀ ਆ। ਸਾਰੇ ਵੱਡੇ ਨਾਮ ਹੀ? ਹਾਂਜੀ ਹਾਂਜੀ। ਲਓ ਜੀ, ਜਿਹੜੇ ਕਿ ਪਿਛਲੇ ਸਕੀਮ ਦੇ ਵਿੱਚ ਟਰੈਕਟਰ ਦਿੱਤੇ ਸੀਗੇ ਆਪਾਂ, ਉਦੋਂ ਸੀਗਾ 101 ਨਾਮ ਜੀ। ਉਹ ਨਾਮ ਦੇ ਵਿੱਚੋਂ ਆਪਣੇ ਮੋਗੇ ਦੇ ਵਿੱਚ ਜੀ ਬੁਲਟ ਕਲਾਸਿਕ ਨਿਕਲਿਆ ਆਪ ਮੋਗੇ ਜ਼ਿਲ੍ਹੇ 'ਚ। ਹਾਂਜੀ ਹਾਂਜੀ ਜੀ ਜੀ, 2.5 ਲੱਖ ਦਾ ਤਕਰੀਬਨ ਕੀਮਤ ਆ ਉਹਦੀ ਜੀ, ਉਹ ਨਿਕਲਿਆ। ਉਹ ਨਿਕਲਿਆ? ਹਾਂਜੀ ਹਾਂਜੀ। ਅਤੇ ਇਹ ਪਾਰਟੀਸਪੇਟ ਕਿਵੇਂ ਇਹਦੇ ਵਿੱਚ ਕਰ ਸਕਦਾ ਬੰਦਾ, ਜਿਵੇਂ ਗਾਹਕ? ਇਹ ਬਾਈ, ਜਿਹੜਾ ਬੰਦਾ ਕਸਟਮਰ ਇੱਕ ਟਰੈਕਟਰ ਖਰੀਦੂਗਾ ਜੀ, ਉਹਦੇ ਲਈ ਇੱਕ ਕੂਪਨ ਪੈਣਾ। ਉਹਨੂੰ ਕੂਪਨ ਮਿਲ ਜੂਗਾ? ਉਹਨੂੰ ਕੂਪਨ ਮਿਲਣਾ, ਇੱਕ ਟਰੈਕਟਰ ਦੇ ਮਗਰ ਇੱਕ ਮਿਲਣਾ ਜੀ। ਇੱਕ ਟਰੈਕਟਰ ਦੇ ਮਗਰ ਇੱਕ ਕੂਪਨ ਮਿਲੂ? ਹਾਂਜੀ ਹਾਂਜੀ ਬਾਈ ਜੀ। ਠੀਕ ਹੈ, ਜਿਵੇਂ ਕੂਪਨ ਵਗੈਰਾ ਇਕੱਠੇ ਕਰਕੇ ਨਿਕਲਣਗੇ ਕੀ? ਇਹ ਬਾਈ ਜੀ ਦਸੰਬਰ ਦੇ ਵਿੱਚ ਨਾਮ ਨਿਕਲੂਗਾ ਔਨਲਾਈਨ। ਔਨਲਾਈਨ ਸਾਰੇ ਕਸਟਮਰਾਂ ਨੂੰ ਦੱਸਾਂਗੇ, ਲਿੰਕ ਦੇਵਾਂਗੇ ਕਿੱਥੇ ਨਾਮ ਨਿਕਲੂ, ਉਹ ਬੰਦਾ ਦੇਖ ਸਕਦਾ ਬਕਾਇਦਾ। ਕੀ ਪਤਾ ਕਿਹਦੀ ਕਿਸਮਤ ਜਾਗ ਜਾਣੀ। ਹਾਂਜੀ ਬਾਈ ਜੀ ਹਾਂਜੀ। ਇਹਦਾ ਕੋਈ ਐਂ ਨਹੀਂ ਵੀ ਅਲੱਗ ਤੋਂ ਚਾਰਜ ਆ, ਜੇ ਤੁਸੀਂ ਟਰੈਕਟਰ ਲੈਣਾ ਹੀ ਆ ਤਾਂ ਨਾਲ ਦੀ ਨਾਲ ਤੁਹਾਨੂੰ ਇਹਦਾ ਕੂਪਨ ਮਿਲ ਜੂਗਾ। ਹਾਂਜੀ, ਕੂਪਨ ਮਿਲੂਗਾ ਬਾਈ ਜੀ ਜੀ, ਕੂਪਨ ਮਿਲੂਗਾ। ਤੇ ਹੋ ਸਕਦਾ ਤੁਹਾਨੂੰ ਟਰੈਕਟਰ ਨਿਕਲਿਆ ਵੀ ਇੱਕ ਹੋਰ ਟਰੈਕਟਰ ਨਾਲ ਜੋੜਾ ਬਣ ਜੇ। ਹਾਂਜੀ, ਹੋਰ ਵੀ ਸਾਰੇ ਵੱਡੇ ਨਾਮ ਆ, ਸੋਨੇ ਦੇ ਸਿੱਕੇ ਹੋ ਗਏ, ਹਨਾ, ਬੁਲਟ ਮੋਟਰਸਾਈਕਲ, ਹੌਂਡਾ ਵਾਲਿਆਂ ਦੇ ਮੋਟਰਸਾਈਕਲ ਬੁਲਟ ਹੋ ਗਏ ਜੀ, ਤੇ ਬਾਕੀ ਹੋਰ ਸਾਰੇ ਵੱਡੇ ਨਾਮ ਹੀ ਆ ਤਕਰੀਬਨ। ਵਧੀਆ ਜੀ, ਤੇ ਬਾਕੀ ਤੁਹਾਨੂੰ ਹੁਣ ਬਈ ਡਿਲੀਵਰੀ ਦੇ ਟਰੈਕਟਰ ਦਿਖਾਉਣੇ ਆ। ਹਾਂਜੀ, ਇੱਕ ਟਰੈਕਟਰ ਹੋਰ ਆ ਬਾਈ, ਉਹਨਾਂ ਨੇ ਖਰੀਦਿਆ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ? ਕਿਹੜਾ ਜੀ? ਭਾਟੀ ਦੇ ਜੀ। ਤੇ ਫਿਰ ਸੋਨਾ ਲੀਕ ਨੂੰ ਕਿਉਂ ਚੁਣਿਆ ਜੀ? ਵਧੀਆ ਜੀ। ਕਿਵੇਂ ਲੱਗੀ ਡੀਲ ਤੁਹਾਨੂੰ? ਬੰਦੇ ਵਧੀਆ ਲੱਗੇ ਜੀ ਪੂਰੀ। ਵਧੀਆ ਲੱਗੀ? ਹਾਂ ਬਹੁਤ ਵਧੀਆ। ਪਹਿਲਾਂ ਕਿਹੜਾ ਟਰੈਕਟਰ ਜੀ? ਪਹਿਲਾਂ ਅਰਜਣਾ ਜੀ। ਅਰਜਣਾ, ਹੁਣ ਫਿਰ ਸੋਨਾ ਲੀਕਾ ਲੈ ਲਿਆ। ਕਿਹੜਾ ਲਿਆ ਜੀ ਇਹਨਾਂ ਚੋਂ? ਇਹ ਆ ਲਿਆ ਜੀ। ਇਹ ਆ ਜੀ ਟਰੈਕਟਰ ਚੱਕਰ 64 ਬਾਈ। ਲਓ ਜੀ, ਬਹੁਤ ਵਧੀਆ ਲੱਗਿਆ ਜੀ। ਬਹੁਤ 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 ਮੁਬਾਰਕਾਂ ਜੀ ਤੁਹਾਨੂੰ। ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਲਓ ਜੀ, ਲਓ ਜੀ, ਜਿਹੜਾ ਅਗਲਾ ਟਰੈਕਟਰ ਆ ਉਹ ਇਹਨਾਂ ਨੇ ਖਰੀਦਿਆ ਜੀ। ਦੇਖ ਸਕਦੇ ਹੋ ਇਹਨਾਂ ਦੇ ਕੋਲ ਪਹਿਲਾਂ ਵੀ ਸੋਨਾ ਲੀਕਾ ਸੀ ਉੱਧਰਲੇ ਪਾਸੇ ਖੜਾ, ਹੁਣ ਵੀ ਇਹਨਾਂ ਨੇ ਸੋਨਾ ਲੀਕਾ ਫੋਰ ਵੀਲ ਦੇ ਵਿੱਚ ਲਿਆ ਆਪਾਂ ਮਿਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਤੇ ਕਿੰਨੇ ਟਾਈਮ ਤੋਂ ਜੁੜੇ ਹੋਏ ਸੋਨਾ ਲੀਕਾ ਨਾਲ ਜੀ? ਅਸੀਂ 2014 ਤੋਂ ਜੁੜੇ ਹਾਂ। 2014 ਤੋਂ? ਅਤੇ ਹੁਣ ਫਿਰ ਆਹ ਕਿਹੜਾ ਲੈ ਲਿਆ ਜੀ? ਕਿਹੜਾ ਮਾਡਲ ਆ ਇਹ? 60 ਫੋਰ ਵੀਲ ਡਰਾਈਵ 60 ਆ ਜੀ। ਕਿਵੇਂ ਲੱਗਿਆ ਜੀ ਟਰੈਕਟਰ? ਵਧੀਆ? ਵਧੀਆ ਲੱਗਿਆ ਜੀ। ਜੇ ਵਧੀਆ ਲੱਗਾ ਤਾਂ ਹੀ ਦੁਬਾਰਾ ਲਿਆ। ਤਾਂ ਹੀ ਦੁਬਾਰਾ ਲਿਆ? ਪਹਿਲਾਂ ਵੀ ਸੋਨਾ ਲੀਕੇ ਸੀ? ਪਹਿਲਾਂ ਹੀ ਸੋਨਾ ਲੀਕਾ 750 ਸੀਗਾ। ਠੀਕ ਹੈ ਜੀ। ਹੁਣ ਸੋਨਾ ਲੀਕਾ 60 ਲਿਆ। ਠੀਕ ਹੈ ਜੀ। ਫੋਰ ਵੀਲ ਡਰਾਈਵ 'ਚ ਜੀ, ਸੁਪਰ ਸੀਟਰ ਵਗੈਰਾ ਦੇ ਜਾਂ ਭਾਰੇ ਕੰਮ ਤੇ ਪਲੋਪਲੂ ਵਗੈਰਾ ਤੇ ਵਧੀਆ ਪਰਫਾਰਮੈਂਸ ਵਧੀਆ। ਬਈ ਜਿਵੇਂ ਵੀ ਟਰੈਕਟਰ ਤਾਂ ਹੋਰ ਵੀ ਬਹੁਤ ਆ ਮਾਰਕੀਟ ਦੇ ਵਿੱਚ, ਫਿਰ ਸੋਨਾ ਲੀਕੇ ਕਿਵੇਂ? ਸਾਨੂੰ ਵਧੀਆ ਲੱਗਾ ਜੀ, ਭਾਰਾ ਟਰੈਕਟਰ ਜੀ, ਸਭ ਤੋਂ ਵਧੀਆ ਤੇ ਆ। ਖੁੱਲੇ ਹੱਡਾਂ ਪੈਰਾਂ ਵਾਲਾ? ਅੱਛਾ ਜੀ, ਮੂਹਰੇ ਉੱਠਦਾ ਹੱਡ ਪੈਰ ਖੁੱਲੇ ਹੁੰਦੇ ਨਾ? ਠੀਕ ਹੈ ਜੀ। ਇਹ ਖੁੱਲੇ ਹੱਡਾਂ ਪੈਰਾਂ ਵਾਲਾ ਜਿਹੜਾ ਬੰਦਾ ਬਾਬਾ ਤਗੜਾ ਹੁੰਦਾ ਉਹਦੇ ਜ਼ੋਰ ਜ਼ਿਆਦਾ ਹੁੰਦਾ, ਇਸ ਕਰਕੇ ਸਾਨੂੰ ਲੱਗਿਆ ਵੀ ਇਹਦੇ ਜ਼ੋਰ ਜ਼ਿਆਦਾ। ਓਕੇ, ਤਾਂ ਕਰਕੇ ਖਰੀਦ ਲਿਆ। ਸਭ ਤੋਂ ਵੱਡੀ ਗੱਲ ਕਿ ਨਾਲੇ ਹੋਰ ਵੀ ਫੇਰੇ ਗੇੜਾ ਮਾਰਦੇ ਸੀਗੇ ਜੀ, ਪਰ ਸਾਨੂੰ ਇਹ ਵੀ ਉਹ ਚਲਾਇਆ ਹੋਇਆ ਤੇ ਚਲੋ ਜਿਹੜੀ ਚੀਜ਼ ਚਲਾਈ ਹੁੰਦੀ ਉਹਦਾ ਫਿਰ ਪਤਾ ਹੀ ਹੁੰਦਾ ਜੀ ਜੀ। ਤੇ ਸਭ ਤੋਂ ਵੱਡੀ ਗੱਲ ਕਿ ਬਾਈਆਂ ਦੀ ਡੀਲਿੰਗ ਕਿਵੇਂ ਲੱਗੀ? ਵਧੀਆ ਲੱਗੀ? ਵਧੀਆ ਲੱਗੀ ਬੰਦੇ ਜੱਟ ਭਰਾ ਨੇ ਜੀ, ਤੇ ਡੀਲਿੰਗ ਤਾਂ ਬਹੁਤ ਵਧੀਆ ਜੀ। ਪਹਿਲੀ ਵਾਰੀ ਆਏ ਸਿੱਧੇ ਇਹਨਾਂ ਕੋਲ ਆਇਆ, ਟਰੈਕਟਰ ਲੈ ਕੇ ਚਲੇ ਗਏ, ਆਪਾਂ ਕਿਤੇ ਹੋਰ ਗਏ ਵੀ ਨਹੀਂ ਜੀ। ਠੀਕ ਆ ਬਾਈ, ਇਹ ਇੱਕ ਭਰੋਸਾ ਬਣਿਆ ਹੋਇਆ। ਹਾਂਜੀ, ਠੀਕ ਹੈ ਜੀ, ਮੁਬਾਰਕਾਂ ਬਹੁਤ ਬਹੁਤ। ਥੈਂਕ ਯੂ ਜੀ, ਧੰਨਵਾਦ। ਲਓ ਜੀ, ਇਹਨਾਂ ਨੂੰ ਚਾਬੀ ਦੇ ਦਿੱਤੀ ਗਈ ਹੈ ਬਈ, ਹੁਣ ਡਿਲੀਵਰੀ ਸਾਰੇ ਟਰੈਕਟਰ ਦੀ ਹੋਊਗੀ, ਆਪਾਂ ਤੁਹਾਨੂੰ ਸਾਰਾ ਸ਼ੋਟ ਲਾ ਕੇ ਵੀਡੀਓ ਐਂਡ ਕਰਾਂਗੇ। ਧੰਨਵਾਦ ਬਈ। ਆਹ ਦੇਖੋ, ਟਰੈਕਟਰ ਤੇ ਡਿਲੀਵਰੀ ਹੋ ਚੁੱਕੀ ਆ ਬਾਈ, ਦੇਖ ਸਕਦੇ ਤੁਸੀਂ ਹੈ ਨਾ, ਸਾਰੇ ਟਰੈਕਟਰ ਹੁਣ ਇੱਥੋਂ ਚਲੇ ਜਾਣਗੇ। ਇਹ ਸਾਰੇ ਇੱਕ ਵਾਰ ਬਈ ਨਿਗਾਹ ਮਰਾ ਦੀ, ਇਹ ਬਾਈ ਉਹਨਾਂ ਨੇ ਖਰੀਦਿਆ ਸਾਰੇ ਹੈ ਨਾ, ਕੋਈ ਕਿਹੜਾ ਮਾਡਲ ਆ ਕੋਈ ਕਿਹੜਾ ਮਾਡਲ ਆ, ਇਹਦੀ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ, ਅਤੇ ਇਹ ਹੁਣ ਜਾ ਰਹੇ ਨੇ, ਡਿਲੀਵਰੀ ਹੋ ਰਹੀ ਆ, ਦੇਖ ਲਓ।
ਆਹ ਟਰੈਕਟਰ ਬਾਈ ਨਵਾਂ ਆਇਆ ਵਾ, ਇਹਨੂੰ ਮਹੀਨਾ ਕੀ ਹੋਇਆ ਲਾਂਚ ਹੋਏ ਇਹਨੂੰ, TI 75 ਤ੍ਰਿਪਰ ਗੇਅਰ ਦੇ ਵਿੱਚ ਆ ਅਤੇ 18 ਦੇ ਟਾਇਰ ਆ ਇਹਦੇ, ਹੈ ਨਾ, ਜੋ ਕੰਪਨੀ ਵੱਲੋਂ ਆ ਰਹੇ ਆ। ਬਾਕੀ ਬਾਈ ਸਿਰਾ ਗੱਲਬਾਤ, ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਬਈ, ਜੇ ਤੁਸੀਂ ਇਹਨਾਂ ਦੇ ਕੋਈ ਕੋਈ ਪੁਰਾਣਾ ਟਰੈਕਟਰ ਆਪਦਾ ਕਟਵਾਉਣਾ, ਤੁਹਾਡੇ ਕੋਲ ਪੁਰਾਣਾ ਟਰੈਕਟਰ ਖੜਾ, ਪੁਰਾਣਾ ਦੇ ਕੇ ਨਵਾਂ ਲੈਣਾ, ਵਿੱਚ ਵੀ ਕੱਟ ਲੈਂਦੇ ਬਈ ਟਰੈਕਟਰ, ਵਿੱਚ ਕੱਟੇ ਜੇ ਲੈਣੇ ਆ ਕਿਸੇ ਨੇ, ਮੰਨ ਕੇ ਜੋ ਛੋਟੇ ਕਿਸਾਨ ਨੇ ਖਰੀਦਣੇ ਉਹ ਵੀ ਖਰੀਦ ਸਕਦੇ ਆ। ਸੋ ਦੇਖ ਸਕਦੇ ਹੋ ਬਈ ਨਿਗਾਹ ਮਰਾ ਦੀ, ਹੁਣ ਸਾਰੇ ਟਰੈਕਟਰ ਜਾ ਰਹੇ ਆ ਡਿਲੀਵਰੀ ਹੋ ਕੇ, ਅਤੇ ਬਹੁਤ ਵੱਡੀ ਗੱਲ ਆ ਵੀ ਇੱਕੋ ਏਜੰਸੀ ਦੇ ਵਿੱਚੋਂ 8-9 ਟਰੈਕਟਰ ਹੈ ਨਾ ਸੇਲ ਹੋਣੇ, ਬਹੁਤ ਇੱਕ ਵੱਡੀ ਗੱਲ ਹੋ ਜਾਂਦੀ, ਭਰੋਸਾ ਹੈ ਨਾ ਕਿਸਾਨਾਂ ਦਾ ਜੁੜਿਆ ਹੋਇਆ ਨਾਲ। ਬਾਈ ਹੋਰੀ ਕਹਿੰਦੇ ਜੀ ਪਹਿਲੀ ਵਾਰ ਆਏ ਸੀ, ਅਤੇ ਪਹਿਲੀ ਵਾਰ 'ਚ ਬਾਈ ਉਹਨਾਂ ਨੇ ਟਰੈਕਟਰ ਲੈ ਲਿਆ ਨਾ ਜੀ, ਦੂਜੀ ਵਾਰ ਕਿਤੇ ਜਾ ਕੇ ਪੁੱਛਿਆ ਨਹੀਂ ਹੈ ਜੀ, ਬਹੁਤ ਵਧੀਆ ਜੀ ਜੀ ਬਹੁਤ ਵਧੀਆ ਗੱਲ ਆ। ਅਤੇ ਇਹ ਟਰੈਕਟਰ ਬਾਈ ਜਾ ਰਹੇ ਆ ਹੁਣ, ਲਓ ਜੀ ਅੱਛਾ।